ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੇਤਕੌਰ ਤੇ ਮੈਂ ਆ ਸੁਮਨ ਪ੍ਰੇਤਕੌਰ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਵਿਗਿਆਨ ਅਤੇ ਟੈਕਨੋਲੋਜੀਸ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ ਐਮਸੀਕਿਊ ਦਾ ਪਾਰਟ 9 ਜਿਹੜੇ ਵੀ ਸਟੂਡੈਂਟ ਵੀਡੀਓ ਪੀਟਰੀ ਪਲਸ ਵੀ ਕਲਰਕ ਐਕਸਾਈਜ਼ ਅਤੇ ਟੈਕਸ ਇਨਸਪੈਕਟਰ ਦਾ ਐਗਜ਼ਾਮ ਦੇਣ ਵਾਲੇ ਨੇ ਜਿਵੇਂ ਕਿ ਤੁਹਾਨੂੰ ਪਤਾ ਹੈ ਤੁਹਾਡੇ ਸਿਲੇਬਸ ਦਾ ਇੱਕ ਇੰਪੋਰਟੈਂਟ ਟਾਪਿਕ ਆ ਜੀਕੇ ਪੋਰਸ਼ਨ ਦੇ ਵਿੱਚ ਜੋ ਮੈਂਸ਼ਨ ਕੀਤਾ ਹੋਇਆ ਹੈ ਸਾਇੰਸ ਐਂਡ ਟੈਕਨੋਲੋਜੀਸ ਜਿਹੜਾ ਕਿ ਤੁਹਾਡੇ ਲਈ ਬਹੁਤ ਜ਼ਿਆਦਾ ਹੈਲਪਫੁਲ ਹੋਣ ਵਾਲਾ ਹੈ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਦੇਖਣਾ ਪੇਪਰ ਦਾ ਲੈਵਲ ਕੋਈ ਵੀ ਰਹਿ ਸਕਦਾ ਹੈ ਇਸ ਕਰਕੇ ਜਿਹੜੇ ਵੀ ਸਟੂਡੈਂਟਸ ਨੇ ਪਹਿਲੇ ਪਾਰਟ ਨਹੀਂ ਕਵਰ ਕੀਤੇ ਤਾਂ ਪਹਿਲਾ ਪਾਰਟ 8 ਕਵਰ ਕਰੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਪਾਰਟ 9 ਕਰਨ ਜਾ ਰਹੇ ਹਾਂ ਜਿਹੜੇ ਕਿ ਤੁਹਾਡੇ ਇਹ ਕਾਫੀ ਹੀ ਜ਼ਿਆਦਾ ਹੈਲਪਫੁਲ ਹੋਣ ਵਾਲਾ ਏ ਠੀਕ ਹੈ ਜੀ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਆ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕੁਐਸਚਨ ਨੰਬਰ 1 ਭਾਰਤੀ ਹਵਾਈ ਸੈਨਾ ਬਾਰੇ ਹੇਠ ਲਿਖਿਆਂ ਵਿੱਚੋਂ ਕਿਹੜਾ ਸਹੀ ਹੈ ਹਾਂਜੀ ਭਾਰਤੀ ਹਵਾਈ ਸੈਨਾ ਦੇ ਬਾਰੇ ਇਹਨਾਂ ਦੇ ਵਿੱਚੋਂ ਕਿਹੜਾ ਸਹੀ ਆ ਪਹਿਲਾਂ ਤਾਂ ਅਸੀਂ ਪੜ੍ਹ ਲੈਨੇ ਆ ਕਿ ਭਾਰਤ ਦਾ ਸਿਰਫ 에ਅਰ ਕ੍ਰਾਫਟ ਕੈਰੀਅਰ विक्रमादित्य अमेरिका ਤੋਂ ਲਿਆ ਗਿਆ ਸੀ ਗਲਤ ਹੈ ਠੀਕ ਹੈ ਆਈ ਐਨ ਐਸ ਵਿਕਰਾਂਤ ਭਾਰਤ ਦਾ ਸੁਦੇਸ਼ੀ 에ਅਰਕ੍ਰਾਫਟ ਕੈਰੀਅਰ ਹੈ ਇਹ ਬਿਲਕੁਲ ਠੀਕ ਹੈ ਆਈ ਐਨ ਐਸ ਵਿਸਾਖਾਪਟਨਮ ਭਾਰਤੀ ਨੇਵੀ ਦੇ ਇੱਕ ਡੈਸਟਰਾਇਰ ਸਮੁੰਦਰੀ ਜਹਾਜ਼ ਆ ਇਹ ਬਿਲਕੁਲ ਠੀਕ ਹੈ ਜਾਨੀ ਕਿ 2 ਤੇ 3 ਜਿਹੜਾ ਹਵਾਈ ਸੈਨਾ ਦੇ ਬਾਰੇ ਠੀਕ ਆ অপਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਸਿਰਫ 2 ਅਤੇ 3 ਹੀ ਨੈਕਸਟ ਕੁਐਸਚਨ ਆਈ ਐਨ ਐਸ ਅਰ ਅਰੀਹੰਤ ਬਾਰੇ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਆ ਹਾਂਜੀ ਆਈ ਐਨ ਐਸ ਅਰੀਹੰਤ ਬਾਰੇ ਕਿਹੜਾ ਕਥਨ ਸਹੀ ਆ ਸਭ ਤੋਂ ਪਹਿਲਾਂ ਅਸੀਂ ਰੀਡ ਕਰ ਲੈਨੇ ਆ ਆਈ ਐਨ ਐਸ ਅਰੀਹੰਤ ਭਾਰਤ ਦੀ ਇੱਕ ਪਰਮਾਣੂ ਸ਼ਕਤੀ ਵਾਲੀ ਪਣ ਡੁੱਬੀ ਆ ਬਿਲਕੁਲ ਠੀਕ ਆ ਪਹਿਲਾ ਆਈ ਐਨ ਐਸ ਅਰੀਹੰਤ ਨੂੰ ਭਾਰਤ ਦੀ ਆਪਣੀ K15 ਬੈਲਿਸਟਿਕ ਮਿਜ਼ਾਈਲਾਂ ਨਾਲ ਫਿੱਟ ਕੀਤਾ ਗਿਆ ਵਾ ਜਿਨ੍ਹਾਂ ਨੂੰ ਪਾਣੀ ਹੇਠੋਂ ਦਾਗਿਆ ਜਾ ਸਕਦਾ ਏ ਇਹ ਵੀ ਬਿਲਕੁਲ ਰਾਈਟ ਆ ਉਸ ਤੋਂ ਬਾਅਦ ਆਈਐਨਐਸ ਅਰੀਹੰਤ ਨੇ ਭਾਰਤ ਨੂੰ ਉਪਰੀ ਤਿੰਨ ਦੇਸ਼ਾਂ ਦੀ ਲੀਗ ਵਿੱਚ ਲਿਆਏ ਜਿੰਨਾ ਕੋਲ ਪਰਮਾਣੂ ਸ਼ਕਤੀ ਵਾਲੀ ਪੰਡੂਬੀਆ ਇਹ ਬਿਲਕੁਲ ਗਲਤ ਆ ਜਾਨੀ ਕਿ ਪਹਿਲੇ ਦੋ ਹੀ ਸਹੀ ਆ ਤਾਂ ਆਪਸ਼ਨ ਨੰਬਰ ਏ ਇਸ ਕੁਐਸ਼ਨ ਦਾ ਰਾਈਟ ਆਨਸਰ ਹੋਵੇਗਾ ਨੈਕਸਟ ਕੁਐਸ਼ਨ ਹੇਠ ਲਿਖਿਆਂ ਵਿੱਚੋਂ ਕਿਹੜਾ ਸੈਨਾ ਦੇ ਕਮਿਸ਼ਨਡ ਰੈਂਕ ਨਾਲ ਸੰਬੰਧਿਤ ਨਹੀਂ ਹੈ ਹਾਂਜੀ ਸੈਨਾ ਦੇ ਕਮਿਸ਼ਨਡ ਰੈਂਕ ਦੇ ਨਾਲ ਸੰਬੰਧਿਤ ਆ ਬ੍ਰਿਗੇਡੀਅਰ ਕਰਨਲ ਜਰਨਲ ਜਾਨੀ ਕਿ ਆਪਸ਼ਨ ਨੰਬਰ ਡੀ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਕਿ ਕਮਾਂਡਰ ਸਬੰਧਿਤ ਨਹੀਂ ਹੈ ਨੈਕਸਟ ਇੱਕੀਕ੍ਰਿਤ ਰੱਖਿਆ ਸਟਾਫ ਨੂੰ ਕਦੋਂ ਬਣਾਇਆ ਗਿਆ ਸੀ ਇੱਕੀਕ੍ਰਿਤ ਰੱਖਿਆ ਸਟਾਫ ਨੂੰ 1 ਅਕਤੂਬਰ 2001 ਦੇ ਵਿੱਚ ਬਣਾਇਆ ਗਿਆ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਹੈ ਹਾਂਜੀ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਹੁਣ ਸਾਡਾ ਜੋ ਪਾਰਟ ਹੈ ਇਹ ਹੋਰ ਸ਼ੁਰੂ ਹੋਣ ਵਾਲਾ ਹੈ ਤੇ ਜਿਹੜਾ ਕਿ ਬਹੁਤ ਇੰਪੋਰਟੈਂਟ ਹੈ ਤੁਹਾਡੇ ਲਈ ਇਸ ਦਾ ਕੁਐਸ਼ਨ ਨੰਬਰ ਦੇਖ ਸਕਦੇ ਹੋ ਤੁਸੀਂ ਭਾਰਤ ਦਾ ਪਹਿਲਾ ਉਪਗ੍ਰਹਿ ਆਰੀਆ ਭਟ ਡੈਸ਼ ਤੋਂ ਲਾਂਚ ਕੀਤਾ ਗਿਆ ਸੀ ਹਾਂਜੀ ਭਾਰਤ ਦਾ ਪਹਿਲਾ ਉਪਗ੍ਰਹਿ ਆਰੀਆ ਭਟ ਸੋਵੀਅਤ ਯੂਨੀਅਨ ਤੋਂ ਲਾਂਚ ਕੀਤਾ ਗਿਆ ਸੀ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ ਨੈਕਸਟ ਕੁਐਸ਼ਨ ਭਾਰਤ ਦੁਆਰਾ ਨਿਰਮਿਤ ਲਾਂਚ ਵਾਹਨ ਐਸ ਐਲ ਵੀ 3 ਦੁਆਰਾ ਗ੍ਰਹਿ ਪਾਥ ਵਿੱਚ ਰੱਖਿਆ ਗਿਆ ਪਹਿਲਾ ਉਪਗ੍ਰਹਿ ਕਿਹੜਾ ਹੈ ਹਾਂਜੀ ਭਾਰਤ ਦੁਆਰਾ ਨਿਰਮਿਤ ਲਾਂਚ ਵਾਹਨ ਐਸ ਐਲ ਵੀ 3 ਦੁਆਰਾ ਗ੍ਰਹਿ ਪਾਥ ਵਿੱਚ ਰੱਖਿਆ ਗਿਆ ਪਹਿਲਾ ਉਪਗ੍ਰਹਿ ਰੋहिणी ਆ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਭਾਰਤ ਦਾ ਪਹਿਲਾ ਉਪਗ੍ਰਹਿ ਆਰੀਆ ਭਟ ਭਾਰਤ ਦੁਆਰਾ ਕਿਸ ਸਾਲ ਵਿੱਚ ਲਾਂਚ ਕੀਤਾ ਗਿਆ ਸੀ ਹਾਂਜੀ ਇਥੋਂ ਇਹ ਤਾਂ ਪਤਾ ਲੱਗਦਾ ਕਿ ਭਾਰਤ ਦਾ ਪਹਿਲਾ ਉਪਗ੍ਰਹਿ ਆਰੀਆ ਭਾਟਾ ਜਿਹੜਾ ਕਿ 1975 ਦੇ ਵਿੱਚ ਲਾਂਚ ਕੀਤਾ ਗਿਆ ਸੀ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਕੌਣ ਭਾਰਤੀ ਪੁਲਾੜ ਪ੍ਰੋਗਰਾਮ ਦੇ ਪਿਤਾ ਵਜੋਂ ਜਾਣਿਆ ਜਾਂਦਾ ਹੈ ਹਾਂਜੀ ਭਾਰਤੀ ਪੁਲਾੜ ਪ੍ਰੋਗਰਾਮ ਦੇ ਪਿਤਾ ਵਜੋਂ ਜਾਣੇ ਜਾਂਦੇ ਆ ਵਿਕਰਮ ਸਾਰਾ ਬਾਈ ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ ਵਿਕਰਮ ਸਾਰਾ ਭਾਈ ਭਾਰਤੀ ਪੁਲਾੜ ਪ੍ਰੋਗਰਾਮ ਦੇ ਪਿਤਾ ਵਜੋਂ ਜਾਣੇ ਜਾਂਦੇ ਆ ਨੈਕਸਟ ਭਾਰਤ ਵਿੱਚ ਸਭ ਤੋਂ ਪਹਿਲੀ ਮੋਬਾਈਲ ਫੋਨ ਗੱਲਬਾਤ ਕਿੰਨਾ ਵਿਚਕਾਰ ਹੋਈ ਸੀ ਹਾਂਜੀ ਭਾਰਤ ਵਿੱਚ ਸਭ ਤੋਂ ਪਹਿਲੀ ਮੋਬਾਈਲ ਫੋਨ ਗੱਲਬਾਤ ਜੋਤੀ ਬੂਸ ਅਤੇ ਸੁਖਰਾਮ ਦੇ ਵਿਚਕਾਰ ਹੋਈ ਸੀ ਸੌਰੀ ਜੋਤੀ ਬਸੂ ਜੋਤੀ ਬਸੂ ਅਤੇ ਸੁਖਰਾਮ ਦੇ ਵਿਚਕਾਰ ਹੋਈ ਸੀ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਭਾਰਤ ਵਿੱਚ ਇੰਟਰਨੈਟ ਦੀ ਸ਼ੁਰੂਆਤ ਬੀਐਸਐਨਐਲ ਦੁਆਰਾ ਕਦੋਂ ਹੋਈ ਸੀ ਹਾਂਜੀ ਭਾਰਤ ਵਿੱਚ ਇੰਟਰਨੈਟ ਦੀ ਸ਼ੁਰੂਆਤ ਬੀਐਸਐਨਐਲ ਦੁਆਰਾ 15 ਅਗਸਤ 1995 ਨੂੰ ਹੋਈ ਸੀ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ ਨੈਕਸਟ ਕੁਐਸ਼ਨ ਸਭ ਤੋਂ ਤਾਜ਼ਾ ਭਾਰਤੀ ਨਾਗਰਿਕ ਵਿਗਿਆਨੀ ਜਿਨ੍ਹਾਂ ਨੇ 2009 ਵਿੱਚ ਪੁਰਸਕਾਰ ਜਿੱਤੇ ਆ ਹਾਂਜੀ ਕਿਹੜਾ ਪੁਰਸਕਾਰ ਜਿੱਤੇ ਆ ਨੋਬਲ ਪੁਰਸਕਾਰ ਜਿੱਤੇ ਆ ਠੀਕ ਹੈ ਵੀ ਰਾਮਾ ਕ੍ਰਿਸ਼ਨਨ ਨੇ 2009 ਦੇ ਵਿੱਚ ਨੋਵਲ ਪੁਰਸਕਾਰ ਜਿੱਤਿਆ অপশন ਨੰਬਰ B ਇਸ ਦਾ রাইਟ ਆਂਸਰ ਨੈਕਸਟ ਕੁਐਸ਼ਨ ਭਾਰਤ ਵਿੱਚ ਪਹਿਲਾ ਪਰਮਾਣੂ ਠੀਕ ਹੈ ਭਾਰਤ ਵਿੱਚ ਪਹਿਲਾ ਪਰਮਾਣੂ ਵਿਜਲੀ ਘਰ ਕਿਹੜਾ ਹੈ ਭਾਰਤ ਵਿੱਚ ਪਹਿਲਾ ਪਰਮਾਣੂ ਵਿਜਲੀ ਘਰ ਤਾਰਾਪੁਰ ਜਿਹੜਾ ਕਿ ਮਹਾਰਾਸ਼ਟਰ ਦੇ ਵਿੱਚ ਆ ਇਹ ਭਾਰਤ ਦਾ ਪਹਿਲਾ ਪਰਮਾਣੂ ਵਿਜਲੀ ਘਰ ਆ অপਸ਼ਨ ਨੰਬਰ A ਇਸ ਦਾ রাইਟ ਆਂਸਰ ਨੈਕਸਟ ਕੁਐਸ਼ਨ ਭਾਰਤ ਵਿੱਚ ਬਣਾਇਆ ਗਿਆ ਕਿਹੜਾ ਪਰਮਾਣੂ ਪਹਿਲਾ ਪਰਮਾਣੂ ਰੀਐਕਟਰ ਹੈ ਹਾਂਜੀ ਭਾਰਤ ਵਿੱਚ ਬਣਾਇਆ ਗਿਆ ਪਹਿਲਾ ਪਰਮਾਣੂ ਰੀਐਕਟਰ ਕਿਹੜਾ ਹੈ ਤਾਂ ਇਸ ਕੁਐਸ਼ਨ ਦਾ ਰਾਈਟ ਆਂਸਰ ਹੈ ਜੀ ਆਪਸ਼ਨ ਨੰਬਰ ਡੀ ਅਪਸਰਾ ਨੈਕਸਟ ਕੁਐਸ਼ਨ ਭਾਰਤ ਵਿੱਚ ਪਹਿਲਾ ਪਣਵਿਜਲੀ ਘਰ ਕਿਹੜਾ ਹੈ ਹਾਂਜੀ ਭਾਰਤ ਦਾ ਪਹਿਲਾ ਪਣਵਿਜਲੀ ਘਰ ਕਿਹੜਾ ਵਾ ਇਹਨਾਂ ਦੇ ਵਿੱਚੋਂ ਤਾਂ ਇਸ ਕੁਐਸ਼ਨ ਦਾ ਰਾਈਟ ਆਂਸਰ ਹੈ ਜੀ ਆਪਸ਼ਨ ਨੰਬਰ ਸੀ ਧਾਰਜੀਲਿੰਗ ਨੈਕਸਟ ਕੁਐਸ਼ਨ ਕਿਹੜਾ ਡੈਮ ਭਾਰਤ ਦੇ ਸਭ ਤੋਂ ਵੱਡੇ ਜਲ ਭੰਡਾਰ ਨੂੰ ਰੋਕਦਾ ਹੈ हां जी भारत ਦੇ ਸਭ ਤੋਂ ਵੱਡੇ ਜਲ ਭੰਡਾਰ ਨੂੰ ਰੋਕਦਾ ਹੈ ਇੰਦਰਾ ਸਾਗਰ ਡੈਮ অপਸ਼ਨ ਨੰਬਰ B ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਇਸਰੋ ਜਾਨੀ ਕਿ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ हां जी ਇਸ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਦਾ ਮੁੱਖ ਦਫ਼ਤਰ ਬੰਗਲੌਰ ਦੇ ਵਿੱਚ ਸਥਿਤ ਹੈ অপਸ਼ਨ ਨੰਬਰ D ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਕਵੈਸ਼ਨ ਅਸੀਂ ਕਰਦੇ ਹਾਂ ਭਾਰਤ ਦਾ ਪਹਿਲੀ ਸਮਨੋਖ ਰਹਿਤ ਚੰਦਰਮਾ ਪ੍ਰੋਬ ਚੰ드ਰੀਆਨ 1 ਡੈਸ਼ ਤੋਂ ਲਾਂਚ ਕੀਤਾ ਗਿਆ ਹਾਂਜੀ ਭਾਰਤ ਦੀ ਪਹਿਲੀ ਮਨੋਖ ਰਹਿਤ ਚੰਦਰਮਾ ਪ੍ਰੋਬ ਠੀਕ ਹੈ ਪ੍ਰੋਬ ਚੰ드ਰੀਆਨ 1 ਡੈਸ਼ ਤੋਂ ਲਾਂਚ ਕੀਤਾ ਗਿਆ ਕਿੱਥੋਂ ਲਾਂਚ ਕੀਤਾ ਗਿਆ ਸ੍ਰੀ ਹਰੀਕੋਟਾ ਤੋਂ ਆਪਸ਼ਨ ਨੰਬਰ ਡੀ ਇਸ ਦਾ ਰਾਈਟ ਆਂਸਰ ਨੈਕਸਟ ਕੁਐਸ਼ਨ ਭਾਰਤ ਦਾ ਪਹਿਲਾ ਸੁਪਰ ਕੰਪਿਊਟਰ ਡੈਸ਼ ਵਜੋਂ ਜਾਣਿਆ ਜਾਂਦਾ ਹੈ ਹਾਂਜੀ ਭਾਰਤ ਦਾ ਪਹਿਲਾ ਸੁਪਰ ਕੰਪਿਊਟਰ ਹੈ ਜਿਹੜਾ ਉਹ ਪਰਮ 8000 ਦੇ ਨਾਮ ਤੋਂ ਜਾਣਿਆ ਜਾਂਦਾ ਹੈ অপਸ਼ਨ ਨੰਬਰ B ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਪਰਮ ਲੜੀ ਦੇ ਸੁਪਰ ਕੰਪਿਊਟਰਾਂ ਦੇ ਆਰ ਆਰਕੀਟੈਕ ਪਰਮ ਲੜੀ ਦੇ ਸੁਪਰ ਕੰਪਿਊਟਰਾਂ ਦੇ ਆਰਕੀਟੈਕਟ ਵਜੋਂ ਕੌਣ ਜਾਣਿਆ ਜਾਂਦਾ ਹੈ ਹਾਂਜੀ ਪਰਮ ਲੜੀ ਦੇ ਸੁਪਰ ਕੰਪਿਊਟਰ ਦੇ ਆਰਕੀਟੈਕਟ ਵਜੋਂ ਜਾਣੇ ਜਾਂਦੇ ਆ ਵਿਜੇ ਪੀ ਪਾਰਕਰ ਪਾਟ ਕਰ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਵਿਸ਼ਵ ਦੇ ਦੂਜੇ ਅਤੇ ਭਾਰਤ ਦੇ ਪਹਿਲੇ ਟੈਸਟ ਟਿਊਬ ਬੇਵੀ ਦੁਰਗਾ ਦਾ ਸਿਰਜਣਹਾਰ ਕੌਣ ਹੈ ਵਿਸ਼ਵ ਦੇ ਦੂਜੇ ਅਤੇ ਭਾਰਤ ਦੇ ਪਹਿਲੇ ਟੈਸਟ ਟਿਊਬ ਬੇਵੀ ਦੁਰਗਾ ਦਾ ਸਿਰਜਣਹਾਰ ਸੁਭਾਸ਼ ਮੁੱਖੋ ਪਾਦੀ ਆਏ ਹੈ অপਸ਼ਨ ਨੰਬਰ B ਇਸ ਆ ਰਾਈਟ ਆਨਸਰ ਨੈਕਸਟ ਕੁਐਸ਼ਨ ਰਾਸ਼ਟਰੀ ਮਹਾਸਾਗਰ ਟੈਕਨੋਲੋਜੀ ਸੰਸਥਾਨ ਕਿੱਥੇ ਸਥਿਤ ਹੈ ਹਾਂਜੀ ਰਾਸ਼ਟਰੀ ਮਹਾਸਾਗਰ ਟੈਕਨੋਲੋਜੀ ਸੰਸਥਾਨ ਚੇਨਈ ਦੇ ਵਿੱਚ ਸਥਿਤ ਹੈ অপਸ਼ਨ ਨੰਬਰ D ਇਸ ਆ ਰਾਈਟ ਆਨਸਰ ਨੈਕਸਟ ਕੁਐਸ਼ਨ ਭਾਰਤ ਵਿੱਚ ਕਿਹੜੀ ਪਹਿਲੀ IIT ਸਥਾਪਿਤ ਕੀਤੀ ਗਈ ਹੈ ਹਾਂਜੀ ਭਾਰਤ ਦੀ ਪਹਿਲੀ IIT ਕਿਹੜੀ ਆ IIT ਖੜਗਪੁਰ অপশন নাম্বার এ ইজ দা রাইট आंसर नेक्स्ट কোশ্চেন পাকড়া ড্যাম কোন নদী তে બનાয়া গয়া হ হে हां जी পাকড়া ড্যাম সਤলুজ নদী তে બનાয়া গয়া হ অপশন নাম্বার সি ইজ দা রাইট आंसर नेक्स्ट কোশ্চেন এসramanujun ਦੇ ਸਨਮਾਨ ਵਿੱਚ ਭਾਰਤ ਵਿੱਚ ਕਿਹੜਾ ਦਿਨ ਰਾਸ਼ਟਰੀ ਗਣਿਤ ਦਿਵਸ ਵਜੋਂ ਮਨਾਇਆ ਜਾਂਦਾ ਹੈ हां जी Ramanujan ਮੈਥ ਦੇ ਇੱਕ ਫੇਮਸ ਵਿਦਵਾਨ ਸੀ ਜਿਨ੍ਹਾਂ ਦੇ ਸਨਮਾਨ ਦੇ ਵਿੱਚ ਭਾਰਤ ਦੇ ਵਿੱਚ ਰਾਸ਼ਟਰੀ ਗਣਿਤ ਦਿਵਸ ਮਨਾਇਆ ਜਾਂਦਾ 22 ਦਸੰਬਰ ਨੂੰ ਆਪਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਐਸ ਰਾਮਾਨੁਜਨ ਕਿਹੜੇ ਕਾਲਜ ਵਿੱਚ ਫੈਲੋ ਚੁਣਿਆ ਜਾਣ ਵਾਲਾ ਪਹਿਲਾ ਭਾਰਤੀ ਹੈ ਤਾਂ ਇਹ ਹੈਗੇ ਆ ਟ੍ਰਿੰਟੀ ਕਾਲਜ ਦੇ ਵਿੱਚ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਕਿਹੜੀ ਸੰਖਿਆ ਨੂੰ ਰਾਮਾਨੁਜਨ ਹਾਰਦੀ ਸੰਖਿਆ ਵਜੋਂ ਜਾਣਿਆ ਜਾਂਦਾ ਹੈ ਹਾਂਜੀ ਰਾਮਾਨੁਜਨ ਹਾਰਦੀ ਸੰਖਿਆ ਦੇ ਵਜੋਂ ਜਾਣਿਆ ਜਾਂਦਾ ਹੈ 1729 ਨੂੰ ਆਪਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਕਿਹੜਾ ਵਿਗਿਆਨੀ ਭਾਰਤ ਦੀ ਪਹਿਲੀ ਔਸ਼ੁੱਧੀ ਨਿਰਮਾਣ ਕੰਪਨੀ ਬੰਗਾਲ ਕੈਮੀਕਲਸ ਐਂਡ ਫਾਰਮਾਸਿਊਟੀਕਲਸ ਦੇ ਸੰਸਥਾਪਕ ਵਜੋਂ ਜਾਣਿਆ ਜਾਂਦਾ ਹੈ ਹਾਂਜੀ ਪਰਫੁੱਲ ਚੰਦਰ ਰੇ ਪਰਫੁੱਲ ਠੀਕ ਹੈ ਪਰ ਆ ਰਹਾ ਹੁਣਾ ਸੀ ਪਰ ਫੁੱਲ ਚੰਦਰ ਰੇ ਪਰ ਫੁੱਲ ਚੰਦਰ ਰੇ ਵਿਗਿਆਨੀ ਆ ਜਿਹੜੇ ਭਾਰਤ ਦੀ ਪਹਿਲੀ ਔਸ਼ਧੀ ਨਿਰਮਾਣ ਕੰਪਨੀ ਬੰਗਾਲ ਕੈਮੀਕਲਸ ਐਂਡ ਫਾਰਮਾਸਿਊਟੀਕਲਸ ਦੇ ਸੰਸਥਾਪਕ ਵਜੋਂ ਜਾਣੇ ਜਾਂਦੇ ਆ ਨੈਕਸਟ ਕੁਐਸ਼ਨ ਇੰਡੀਅਨ ਸਾਇੰਸ ਕਾਂਗਰਸ ਐਸੋਸੀਏਸ਼ਨ ਦਾ ਮੁੱਖ ਦਫ਼ਤਰ ਡਾਂਸ ਸ਼ਹਿਰ ਵਿੱਚ ਸਥਿਤ ਹੈ ਇੰਡੀਅਨ ਸਾਇੰਸ ਕਾਂਗਰਸ ਐਸੋਸੀਏਸ਼ਨ ਦਾ ਮੁੱਖ ਦਫ਼ਤਰ ਕਿਹੜੇ ਸ਼ਹਿਰ ਦੇ ਵਿੱਚ ਸਥਿਤ ਤਾਂ ਕੋਲਕਾਤਾ ਦੇ ਵਿੱਚ অপশন নাম্বার এ ইজ দা রাইট আনসার নেক্সট কোশ্চেন ভারত ਦਾ ਸਭ ਤੋਂ ਵੱਡਾ ਤਾਰਾਕਰ ਕਿਹੜਾ ਹੈ ਹਾਂਜੀ ভারত ਦਾ ਸਭ ਤੋਂ ਵੱਡਾ ਤਾਰਾਕਰ ਵਿਰਲਾ ਤਾਰਾਕਰ ਕੋਲਕাতা ਦੇ ਵਿੱਚ অপশন নাম্বার বি ইজ দা রাইট আনসার ਜੇ ਨੈਕਸਟ ਭਾਰਤੀ ਅਮਰੀਕੀ ਵਿਗਿਆਨ ਹਰ ਗੋਵਿੰਦ ਖੁਰਾਨਾ ਨੇ ਡੈਸ਼ ਵਿੱਚ ਆਪਣੀ ਯੋਗਦਾਨ ਲਈ ਨੋਵਲ ਪੁਰਸਕਾਰ ਜਿੱਤਿਆ ਜਾ ਫਿਰ ਕਿਹੜੇ ਖੇਤਰ ਵਿੱਚ ਨੋਬਲ ਪੁਰਸਕਾਰ ਜਿੱਤੇ ਹਨ ਭਾਰਤੀ ਅਮਰੀਕੀ ਵਿਗਿਆਨ ਹਰ ਗੋਵਿੰਦ ਖੁਰਾਣਾ ਨੇ ਜੈਨੇਟਿਕਸ ਦੇ ਵਿੱਚ ਆਪਣੇ ਯੋਗਦਾਨ ਦੇ ਲਈ ਨੋਬਲ ਪੁਰਸਕਾਰ ਜਿੱਤਿਆ ਆਪਸ਼ਨ ਨੰਬਰ ਸੀ ਇਜ਼ ザ ਰਾਈਟ ਆਨਸਰ ਨੈਕਸਟ ਕੁਐਸ਼ਨ ਕੌਣ ਭਾਰਤੀ ਵਿਗਿਆਨ ਸੰਸਥਾਨ ਬੰਗਲੌਰ ਦਾ ਸੰਸਥਾਪਕ ਹੈ ਹਾਂਜੀ ਭਾਰਤੀ ਵਿਗਿਆਨ ਸੰਸਥਾਨ ਬੰਗਲੌਰ ਦਾ ਸੰਸਥਾਪਕ ਆ ਜਮਸ਼ੇ ਟਾਜੀ ਟਾਟਾ ਆਪਸ਼ਨ ਨੰਬਰ ਡੀ ਇਜ਼ ザ ਰਾਈਟ ਆਨਸਰ ਜਮ ਸੇਟ ਜੀ ਟਾਟਾ ਨੈਕਸਟ ਕੁਐਸ਼ਨ ਵਿਗਿਆਨਿਕ ਅਤੇ ਉਦਯੋਗਿਕ ਖੋਜ ਪਰਿਸ਼ਦ ਦਾ ਮੁਖੀ ਕੌਣ ਹੈ ਵਿਗਿਆਨਿਕ ਅਤੇ ਉਦਯੋਗਿਕ ਖੋਜ ਪਰਿਸ਼ਦ ਦੇ ਮੁਖੀ ਭਾਰਤ ਦੇ ਪ੍ਰਧਾਨ ਮੰਤਰੀ ਹੀ ਹੁੰਦੇ ਨੇ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ ਨੈਕਸਟ ਕੁਐਸ਼ਨ ਕੇਂਦਰੀ ਚਾਵਲ ਖੋਜ ਸੰਸਥਾਨ ਕਿੱਥੇ ਸਥਿਤ ਹੈ ਕੇਂਦਰੀ ਚਾਵਲ ਖੋਜ ਸੰਸਥਾਨ ਕਟਕ ਦੇ ਵਿੱਚ ਸਥਿਤ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ ਨੈਕਸਟ ਕੁਐਸ਼ਨ ਜੈਪੁਰ ਵਿੱਚ ਜੰਤਰ ਮੰਤਰ ਕਿਸ ਨੇ ਬਣਵਾਇਆ ਸੀ ਹਾਂਜੀ ਜੈਪੁਰ ਦੇ ਵਿੱਚ ਜੰਤਰ ਮੰਤਰ ਕਿਸ ਨੇ ਬਣਵਾਇਆ ਸੀ ਤਾਂ ਜੈ ਸਿੰਘ 2 ਨੇ ਬਣਾਇਆ ਸੀ ਆਪਸ਼ਨ ਨੰਬਰ ਡੀ ਇਸ ਆ ਰਾਈਟ ਆਨਸਰ ਨੈਕਸਟ ਕੁਐਸਚਨ ਭਾਰਤ ਦਾ ਪਹਿਲਾ ਕਾਰਜਸ਼ੀਲ ਰਿਮੋਟ ਸੈਂਸਿੰਗ ਉਪਗ੍ਰਹਿ ਕਿਹੜਾ ਹੈ ਹਾਂਜੀ ਭਾਰਤ ਦਾ ਪਹਿਲਾ ਕਾਰਜਸ਼ੀਲ ਰਿਮੋਟ ਸੈਂਸਿੰਗ ਉਪਗ੍ਰਹਿ ਕਿਹੜਾ ਹੈ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 1 आईआरएस 1 ए ऑप्शन नंबर ए इज द राइट आंसर नेक्स्ट क्वेश्चन भारत ਦਾ ਉਪਗ੍ਰਹਿ ਪਹਿਲਾ ਉਪਗ੍ਰਹਿ ਕਿਹੜਾ ਹੈ ਜੋ ਵਿਸ਼ੇਸ਼ ਤੌਰ ਤੇ ਵਿਦਿਆਕ ਉਦੇਸ਼ ਲਈ ਵਰਤਿਆ ਜਾਂਦਾ ਹੈ ਹਾਂਜੀ ਭਾਰਤ ਦਾ ਪਹਿਲਾ ਉਪਗ੍ਰਹਿ ਐਜੂਸੈਟਾ ਜਿਹੜਾ ਵਿਸ਼ੇਸ਼ ਤੌਰ ਤੇ ਵਿਦਿਆਕ ਉਦੇਸ਼ ਦੇ ਲਈ ਵਰਤਿਆ ਜਾਂਦਾ ਆਪਸ਼ਨ ਨੰਬਰ ਡੀ इज द राइट आंसर नेक्स्ट क्वेश्चन ਚੰ드ਰਮਾ ਲਈ ਭਾਰਤ ਦਾ ਪਹਿਲਾ ਮਿਸ਼ਨ ਚੰਦਰਯਾਨ 1 ਕਿਸ ਸਥਾਨ ਤੋਂ ਲਾਂਚ ਕੀਤਾ ਗਿਆ ਸੀ ਵੈਰੀ ਇੰਪੋਰਟੈਂਟ ਸ਼੍ਰੀ ਹਰੀਕੋਟਾ ਤੋਂ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਂਸਰ ਤੇ ਤੁਸੀਂ ਯਾਦ ਰੱਖਣਾ ਹੈ ਭਾਰਤ ਦਾ ਪਹਿਲਾ ਮਿਸ਼ਨ ਸੀਗਾ ਜਿਸ ਦਾ ਨਾਮ ਸੀ ਚੰ드ਰੀਯਾਨ ਚੰ드ਰਮਾ ਦੇ ਲਈ ਨੈਕਸਟ ਕੁਐਸ਼ਨ ਭਾਰਤ ਦਾ ਪਹਿਲਾ ਸੁਦੇਸ਼ੀ ਉਪਗ੍ਰਹਿ ਲਾਂਚ ਵਾਹਨ ਕਿਹੜਾ ਹੈ ਹਾਂਜੀ ਭਾਰਤ ਦਾ ਪਹਿਲਾ ਸੁਦੇਸ਼ੀ ਉਪਗ੍ਰਹਿ ਲਾਂਚ ਵਾਹਨ ਆ ਐਸ ਐਲ ਬੀ 3 ਨੈਕਸਟ ਕੁਐਸ਼ਨ ਭਾਰਤੀ ਪੁਲਾੜ ਖੋਜ ਸੰਗਠਨ ਦਾ ਪਹਿਲਾ ਚੇਅਰਮੈਨ ਕੌਣ ਹੈ ਹਾਂਜੀ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਦੇ ਪਹਿਲੇ ਚੇਅਰਮੈਨ ਕੌਣ ਸਨ ਵਿਕਰਮ ਸਾਰਾ ਪਾਈ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਤੇ ਭਾਰਤੀ ਪੁਲਾੜ ਪ੍ਰੋਗਰਾਮ ਦੇ ਪਿਤਾ ਵਜੋਂ ਵੀ ਇਹਨਾਂ ਨੂੰ ਹੀ ਜਾਣਿਆ ਜਾਂਦਾ ਯਾਨੀ ਕਿ ਇਸਰੋ ਦੇ ਪਿਤਾ ਵਜੋਂ ਇਹਨਾਂ ਨੂੰ ਹੀ ਜਾਣਿਆ ਜਾਂਦਾ ਆ ਭਾਰਤੀ ਪੁਲਾੜ ਪ੍ਰੋਗਰਾਮ ਦੇ ਪਿਤਾ ਵਜੋਂ ਠੀਕ ਹੈ ਵਿਕਰਮ ਸਾਰਾ ਪਾਈ ਨੈਕਸਟ ਕੁਐਸਚਨ ਭਾਰਤੀ ਪਰਮਾਣੂ ਪ੍ਰੋਗਰਾਮ ਦੇ ਪਿਤਾ ਵਜੋਂ ਕੌਣ ਜਾਣਿਆ ਜਾਂਦਾ ਹੈ ਭਾਰਤੀ ਪਰਮਾਣੂ ਪ੍ਰੋਗਰਾਮ ਬੋਲ ਰਹੀਆਂ ਮੈਂ ਪਰਮਾਣੂ ਪੁਲਾੜ ਦੇ ਵਜੋਂ ਤਾਂ ਵਿਕਰਮ ਸਾਰਾਪਾਈ ਜਾਣੇ ਜਾਂਦੇ ਆ ਠੀਕ ਹੈ ਤੇ ਭਾਰਤੀ ਪ੍ਰੋਗਰਾਮ ਪਰਮਾਣੂ ਦੇ ਪਰਮਾਣੂ ਪ੍ਰੋਗਰਾਮ ਦੇ ਪਿਤਾ ਵਜੋਂ ਹੋਮੀ ਜੈ ਭਾਬਾ ਜਾਣੇ ਜਾਂਦੇ ਆ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਭਾਰਤ ਵਿੱਚ ਸਮਾਈਲਿੰਗ ਬੁੱਧਾ ਕੋਡ ਨਾਮ ਹੈਟ ਇਹਨਾਂ ਪ੍ਰਮਾਣੂ ਪ੍ਰੀਖਣ ਕਿਸ ਸਾਲ ਵਿੱਚ ਆਯੋਜਿਤ ਕੀਤਾ ਗਿਆ ਸੀ ਤਾਂ ਆਪਸ਼ਨ ਨੰਬਰ B ਦਾ ਰਾਈਟ ਆਨਸਰ 1974 ਦੇ ਵਿੱਚ ਕੀਤਾ ਗਿਆ ਸੀ ਨੈਕਸਟ ਕੁਐਸ਼ਨ ਰਾਸ਼ਟਰੀ ਵਿਗਿਆਨ ਅਕੈਡਮੀ ਭਾਰਤ ਦੀ ਸਥਾਪਨਾ ਕਿਸ ਸਾਲ ਵਿੱਚ ਕੀਤੀ ਗਈ ਸੀ ਹਾਂਜੀ ਰਾਸ਼ਟਰੀ ਵਿਗਿਆਨ ਅਕੈਡਮੀ ਭਾਰਤ ਦੀ ਸਥਾਪਨਾ 1930 ਦੇ ਵਿੱਚ ਕੀਤੀ ਗਈ ਸੀ ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਰਾਸ਼ਟਰੀ ਵਿਗਿਆਨ ਅਕੈਡਮੀ ਭਾਰਤ ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ? ਰਾਸ਼ਟਰੀ ਵਿਗਿਆਨ ਅਕੈਡਮੀ ਭਾਰਤ ਦਾ ਮੁੱਖ ਦਫ਼ਤਰ ਇਲਾਹਾਬਾਦ ਦੇ ਵਿੱਚ ਸਥਿਤ ਹੈ। ਆਪਸ਼ਨ ਨੰਬਰ D ਇਸ ਦਾ ਰਾਈਟ ਆਨਸਰ। ਨੈਕਸਟ ਕੁਐਸਚਨ ਕੇਂਦਰੀ ਕਪਾਹ ਖੋਜ ਸੰਸਥਾਨ ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ? ਹਾਂਜੀ ਕੇਂਦਰੀ ਕਪਾਹ ਖੋਜ ਸੰਸਥਾਨ ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ? ਨਾਗਪੁਰ ਦੇ ਵਿੱਚ। ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ। ਨੈਕਸਟ ਕੁਐਸ਼ਨ ਅੰਟਾਰਕਟਿਕਾ ਵਿੱਚ ਭਾਰਤ ਦਾ ਸਥਾਈ ਖੋਜ ਸਟੇਸ਼ਨ ਕਿਹੜਾ ਹੈ ਹਾਂਜੀ ਅੰਟਾਰਕਟਿਕਾ ਦੇ ਵਿੱਚ ਭਾਰਤ ਦਾ ਸਥਾਈ ਖੋਜ ਸੰਟ ਸੌਰੀ ਸਟੇਸ਼ਨ ਆ ਜਿਹੜਾ ਉਹ ਮੈਂਤਰੀ ਆ ਮੈਂਤਰੀ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ ਨੈਕਸਟ ਕੁਐਸ਼ਨ ਭਾਰਤ ਦੁਆਰਾ ਅਟਾਰਟਿੰਗ ਸੌਰੀ ਅੰਟਾਰਕਟਿਕਾ ਲਈ ਪਹਿਲੀ ਮੁਹਿੰਮ ਦੀ ਸ਼ੁਰੂਆਤ ਕਦੋਂ ਕੀਤੀ ਗਈ 1981 ਦੇ ਵਿੱਚ ਆਪਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਅੰਟਾਰਕਟਿਕਾ ਲਈ ਭਾਰਤ ਦੁਆਰਾ ਸ਼ੁਰੂ ਕੀਤੀ ਗਈ ਪਹਿਲੀ ਮੁਹਿੰਮ ਦਾ ਆਗੂ ਕੌਣ ਸੀ ਸੈਦ ਜ਼ੈਡ ਕਾਸਿਮ ਆਪਸ਼ਨ ਨੰਬਰ ਏ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਅੰਟਾਰਕਟਿਕਾ ਵਿੱਚ ਭਾਰਤ ਦਾ ਪਹਿਲਾ ਸਥਾਈ ਆਧਾਰ ਸਟੇਸ਼ਨ ਕਿਹੜਾ ਹੈ ਹਾਂਜੀ ਅੰਟਾਰਕਟਿਕਾ ਵਿੱਚ ਭਾਰਤ ਦਾ ਪਹਿਲਾ ਸਥਾਈ ਆਧਾਰ ਸਟੇਸ਼ਨ ਦਾ ਦਕਸ਼ਿਨ ਗੰਗੋਤਰੀ ਆਪਸ਼ਨ ਨੰਬਰ C ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਅੰਟਾਰਕਟਿਕਾ ਵਿੱਚ ਭਾਰਤੀ ਖੋਜ ਸਟੇਸ਼ਨਾਂ ਦੀ ਕੁੱਲ ਸੰਖਿਆ ਕਿੰਨੀ ਹੈ 3 ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਭਾਰਤੀ ਅੰਕੜਾ ਡੈਸ਼ ਵਿਗਿਆਨ ਜਾਂ ਭਾਰਤੀ ਅੰਕੜਾ ਕਿਸ ਵਿਗਿਆਨ ਸੰਸਥਾਨ ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ ਸੌਰੀ ਇਸ ਇਸ ਤਰ੍ਹਾਂ ਬਣ ਰਿਹਾ ਹੈ ਕਿ ਭਾਰਤੀ ਅੰਕੜਾ ਵਿਗਿਆਨ ਸੰਸਥਾਨ ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ ਕੋਲਕਾਤਾ ਦੇ ਵਿੱਚ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਕਿਸ ਸਾਲ ਵਿੱਚ ਭਾਰਤੀ ਡੈਸ਼ ਵਿਗਿਆਨ ਸੰਸਥਾਨ ਸਥਾਪਿਤ ਕੀਤਾ ਗਿਆ ਸੀ ਹਾਂਜੀ 1931 ਦੇ ਵਿੱਚ ਭਾਰਤੀ ਵਿਗਿਆਨ ਸੰਸਥਾਨ ਸਥਾਪਿਤ ਕੀਤਾ ਗਿਆ ਸੀ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਬਿਜਲੀ ਦੇ ਪਿਤਾ ਵਜੋਂ ਕੌਣ ਜਾਣਿਆ ਜਾਂਦਾ ਹੈ ਹਾਂਜੀ ਬਿਜਲੀ ਦੇ ਪਿਤਾ ਵਜੋਂ ਬੈਂਜਾਮਿਨ ਫ੍ਰੈਂਕਲਿਨ ਜਾਣੇ ਜਾਂਦੇ ਆ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਕਿਸ ਵਿਗਿਆਨੀ ਨੇ ਕਰਮ ਵਿਕਾਸ ਦਾ ਸਿਧਾਂਤ ਬਣਾਇਆ ਹੈ ਹਾਂਜੀ ਕਿਹੜੇ ਵਿਗਿਆਨੀ ਆ ਜਿਨ੍ਹਾਂ ਨੇ ਕਰਮ ਵਿਕਾਸ ਦਾ ਸਿਧਾਂਤ ਬਣਾਇਆ ਏ ਚਾਰਲਸ ਡਾਰਵਿਨ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਦੂਰਵਿੰਦੀ ਕਿਸ ਨੇ ਕਾਂਡ ਕੱਢੀ ਹਾਂਜੀ ਦੂਰਵਿੰਦੀ ਕਾਂਡ ਆ ਜਿਹੜੀ ਉਹ ਕਿਸ ਨੇ ਕੱਢੀ ਆ ਹਾਂਸ ਲਿਪ ਰਹੀ ਨੇ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਕਰਮ ਵਿਕਾਸ ਦੇ ਪਿਤਾ ਵਜੋਂ ਕੌਣ ਜਾਣਿਆ ਜਾਂਦਾ ਹੈ ਹਾਂਜੀ ਕਰਮ ਵਿਕਾਸ ਦੇ ਪਿਤਾ ਵਜੋਂ ਚਾਰਲਸ ਡਾਰਵਿਨ ਨੂੰ ਜਾਣਿਆ ਜਾਂਦਾ ਹੈ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਰਸਾਇਣਿਕ ਤੱਤਾਂ ਲਈ ਅਵਿਰਤੀ ਸਾਰਣੀ ਕਿਸ ਨੇ ਤਿਆਰ ਕੀਤੀ ਸੀ ਰਸਾਇਣਿਕ ਤੱਤਾਂ ਦੇ ਲਈ ਅਵਿਰਤੀ ਸਾਰਣੀ ਦਿਮ ਦਿਮਿਰਤੀ ਮੈਂਡੇਲੀਵ ਨੇ ਤਿਆਰ ਕੀਤੀ ਸੀ অপਸ਼ਨ ਨੰਬਰ A ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਐਲਬਰਟ ਆਇਨਸਟਾਈਨ ਹਾਂਜੀ ਐਲਬਰਟ ਆਇਨਸਟਾਈਨ ਨੇ ਕਿਸ ਸਾਲ ਵਿੱਚ ਨੋਬਲ ਪੁਰਸਕਾਰ ਪ੍ਰਾਪਤ ਕੀਤਾ 1921 ਦੇ ਵਿੱਚ অপশন নাম্বার ডি ইজ দা রাইট आंसर नेक्स्ट কোশ্চেন হাইড্রোজেন bomb ਦੇ ਕੋਜ਼ ਕਰਤਾ ਵਜੋਂ ਕੌਣ ਜਾਣਿਆ ਜਾਂਦਾ ਹੈ হাইড্রোজেন bomb ਦੇ ਖੋਜ ਕਰ ਵਜੋਂ ਐਡਵਰਡ ਟੈਲਰ ਨੂੰ ਜਾਣਿਆ ਜਾਂਦਾ ਹੈ অপশন নাম্বার ਸੀ ਇਜ਼ দা রাইট आंसर नेक्स्ट কোশ্চেন ਅਮਰੀਕਾ ਦੁਆਰਾ 16 ਜੁਲਾਈ 1945 ਨੂੰ ਅਜੋਜਿਤ ਕੀਤੀ ਗਈ ਪਹਿਲੇ ਪਰਮਾਣੂ ਪਰਿਕਖਣ ਦਾ ਕੋਡ ਨਾਮ ਕੀ ਸੀ ਅਮਰੀਕਾ ਦੁਆਰਾ 16 ਜੁਲਾਈ 1945 ਨੂੰ ਆਯੋਜਿਤ ਕੀਤੇ ਗਏ ਪਹਿਲੇ ਪਰਮਾਣੂ ਕੋਡ ਦਾ ਨਾਮ ਟ੍ਰਿਨਿਟੀ ਸੀ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਪੋਲੀਓ ਟੂਇਕਾ ਕਿਸ ਨੇ ਵਿਕਸਿਤ ਕੀਤਾ ਸੀ ਹਾਂਜੀ ਪੋਲੀਓ ਟੂਇਕਾ ਕਿਸ ਨੇ ਵਿਕਸਿਤ ਕੀਤਾ ਸੀ ਜੋਨਾਸ ਸਾਖ ਨੇ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹਾਂਜੀ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਸੀ ਥੈਂਕਸ ਫॉर ਵਾਚਿੰਗ